ਸਰ ਅੱਜ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗਾਂ ਵੀ ਕੀਤੀਆਂ ਗਈਆਂ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਗਈ ਹੈ ਜੀ ਉਹਨਾਂ ਦੇ ਜੋ ਕੰਪਲੇਂਟ ਦਿੱਤੀ ਜਿਹਨਾਂ ਨੇ ਦੋਨੇ ਜਥੇਬੰਦੀਆਂ ਦੇ ਇੱਕ ਜਿੰਦਰ ਬੈਠੇ ਦੇ ਐਸਬੀ ਆਫਿਸ ਦਾ ਇੱਥੇ ਕਹਿੰਦੇ ਸਾਡੇ ਆਏ ਸੀ ਉਹਨਾਂ ਦੇ ਜੋ ਪ੍ਰਸ਼ਾਸਨ ਦੇ ਤੇ ਮੁਤਾਬਕ ਜੋ ਕਾਰਵਾਈ ਕਰਨ ਦੀ ਤੇ ਸਰ ਕੀ ਕਾਰਵਾਈ ਕੀਤੀ ਗਈ ਤੇ ਕਿਹਦੇ ਤੇ ਕੀਤੀ ਗਈ ਹੈ 295 ਧਾਰਾ ਤਹਿਤ ਤੇ ਸਰ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਟੈਕਨੀਕਲੀ ਪ੍ਰੋਬਲਮ ਸੀ ਉਹਦੇ ਕਰਕੇ ਥੋੜ੍ਹਾ ਜਿਹਾ ਡਿਲੇ ਹੋਈ ਆ।